ਰੂਪਨਗਰ ਯੂਥ ਕਾਂਗਰਸ ਪੰਜਾਬ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਜਿੱਤ ਦੇ ਬਾਅਦ ਅੱਜ ਪਹਿਲੀ ਵਾਰ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੁੰਦੇ ਹੋਏ ਆਪਣੀ ਜਿੱਤ ਦੇ ਲਈ ਵਾਹਿਗੁਰੂ ਅੱਗੇ ਸ਼ੁਕਰਾਨਾ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਰਿੰਦਰ ਸਿੰਘ ਢਿੱਲੋਂ ਨੂੰ ਸਰੋਪੇ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਢਿੱਲੋਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਪਹੁੰਚੇ ਸਨ। ਗੁਰਪੁਰਬ ਦਾ ਜਿਹੜਾ ਆਪਣਾ ਪਵਿੱਤਰ ਆਪਣਾ ਦਿਨ ਸੀਗਾ, ਉਸ ਦਿਨ ਅਸੀਂ ਸੋਚਿਆ ਵੀ ਅੱਜ ਮੈਂ ਜਦੋਂ ਜਿਵੇਂ ਤੁਹਾਨੂੰ ਪਤਾ ਵੀ 30 ਤਰੀਕ ਨੂੰ ਰਿਜ਼ਲਟ ਆਇਆ, ਅਤੇ ਉਸ ਹਿਸਾਬ ਨਾਲ ਅਸੀਂ ਅੱਜ ਸੋਚਿਆ ਵੀ ਅੱਜ ਹੀ ਰੋਪੜ ਦੇ ਵਿੱਚ ਵੀ ਅੱਜ ਵਾਲੇ ਦਿਨ ਦੇ ਅੰਦਰ ਆਉਂਦੇ ਹਾਂ ਤਾਂ ਕਿ ਗੁਰਪੁਰਬ ਵਾਲੇ ਦਿਨ ਮੱਥਾ ਵੀ ਟੇਕ ਸਕੀਏ ਔਰ ਆਪਣਾ ਕੀ ਕਹਿੰਦੇ ਲੋਕ ਆਪਣੇ ਸਾਰੇ ਹਲਕਾ ਨਿਵਾਸੀਆਂ ਨਾਲ ਆਪਣੇ ਸਾਰੇ ਆਪਣਾ ਕਹਿੰਦੇ ਪਰਿਵਾਰ ਨਾਲ ਅੱਜ ਨਮਸਤਕ ਵੀ ਹੋ ਸਕੀਏ ਤਾਂ ਕਿ ਇਹਨਾਂ ਨੂੰ ਮਿਲ ਕੇ ਅਸੀਂ ਵਧੀਆ ਤਰੀਕੇ ਨਾਲ ਅੱਜ ਆਪਣਾ ਕਹਿੰਦੇ ਲੋਕਾਂ 'ਚ ਬੜਾ ਉਤਸ਼ਾਹ ਸੀਗਾ ਔਰ ਉਸੇ ਕਰਕੇ ਇੱਕ ਅੱਜ ਸਾਰਿਆਂ ਨੂੰ ਰਲ ਮਿਲ ਕੇ ਇੱਕ ਪਰਿਵਾਰਕ ਤੌਰ ਦੇ ਉੱਤੇ ਅਸੀਂ ਸਾਰੇ ਅੱਜ ਮੱਥਾ ਟੇਕਣ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਅਸੀਂ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।